बीती रात इस हस्पताल के अंदर वापरी एक हैरान कर देने वाली घटना बयान कर रहा हस्पताल का यह सुरक्षा कर्मचारी। रात के हनेरे च जंगल चो आई उस शहर नू अचानक देख मरीजों के नाल नाल हस्पताल के डॉक्टर भी हैरान रह जाते हैं। हाल यह सी कि कई लोग तो अचानक अखा मोहरे आई इस चीज़ नू देख के चीका मारन लग पे। फिर यह जंगली शह ने हस्पताल के अंदर भाजना पवा दित्तियां। मामला है जलंधर के ईएसआई हस्पताल का, जिथे रात वेले लोगों दियां अचानक चीकां वजनियां शुरू हो जांदियां ने। फिर भाजना पवाउण तो बाद देखदे ही देखदे ये जंगली चीज़ इकट्ठी हुई भीड़ नूं देख भज जांदी है, पर सवेर होण ते ये फिर नज़र पै जांदी है। मौके ते जंगलात महकमे दे मुलाजम पहुँच जांदे ने। दो ढाई घंटिया की कड़ी मुशक्कत तो बाद इस नूं फड़न च कामयाब हो जांदे ने। असीं इहनूं काबू कर लिया, हुण इहनूं जंगलां छड्डे जांदे। किन्ना का टाइम हो गया तुहानूं इहनूं फड़दे? 2 घंटे हो गए। 2 घंटे हो गए। क्या जरा रात दा आया होया सीगा हॉस्पिटल दे विच? असा कंप्लेंट सानूं सिरे आई है, ते जिद्दां ही कंप्लेंट आई असीं इत्थे पहुंचे हां, ते पहुंच के आपां अपनी कारवाई जिहड़ी बंद कीती है। ਇਹ ਗੱਲ ਇੱਦਾਂ ਕਿ ਸਵੇਰੇ ਅਸੀਂ 8 ਵਜੇ ਡਿਊਟੀ 'ਤੇ ਆਏ ਆਪਣੇ ਨਾ ਡਿਊਟੀ 'ਤੇ ਆਏ ਸੀ। ਹਾਂਜੀ। ਅਸੀਂ ਗਾਰਡ ਚੇਂਜ ਕੀਤੀ ਅਤੇ ਸਾਨੂੰ ਫਿਰ ਦੂਜੇ ਬੰਦੇ ਨੇ ਦੱਸਿਆ, ਕਹਿੰਦੇ ਕਿ ਇੱਥੇ ਰਾਤ ਦੇ ਜਾਨਵਰ ਆਇਆ ਹੋਇਆ। ਅੱਛਾ ਜੀ। ਕਹਿੰਦੇ ਕਿ ਨੀਲਗਾਂਵ ਹੈ, ਅਤੇ ਅਸੀਂ ਚੈੱਕ ਕੀਤਾ, ਪਤਾ ਕੀਤਾ, ਅਤੇ ਕਹਿੰਦੇ ਕਿ ਸੰਬਰ ਹੈ। ਅੱਛਾ ਜੀ। ਅਤੇ ਫਿਰ ਅਸੀਂ ਫੋਨ ਕੀਤਾ ਤਕਰੀਬਨ 10 ਵਜੇ। ਅੱਛਾ। ਅਸੀਂ ਪਹਿਲਾਂ ਆਪ ਲੱਭਦੇ ਹਾਂ, ਫਿਰ ਅਸੀਂ ਫੋਨ ਕੀਤਾ, ਫੋਨ ਕਰਕੇ ਅਤੇ ਫਿਰ ਉਹ ਜੰਗਲਾਤ ਮਹਿਕਮੇ ਵਾਲੇ ਆਏ ਬੰਦੇ। ਅੱਛਾ ਜੀ। ਲੈ ਕੇ ਨਾ ਹਾਂਜੀ, ਉਹ 3-4 ਬੰਦੇ ਆਏ ਉਹਨਾਂ ਦੇ, ਫਿਰ ਬਾਅਦ 'ਚ ਅਸੀਂ ਵੀ 8-10 ਬੰਦੇ ਨਾਲ ਲੱਗੇ ਹਾਂ। 3-4 ਘੰਟੇ ਲੱਗੇ ਉਹਨੂੰ ਫੜਨ ਨੂੰ, ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ, ਬਚਾਅ ਹੋ ਗਿਆ ਵਾ। ਇਹਨੂੰ 3-4 ਘੰਟੇ ਲੱਗੇ, ਇਹ ਕਿਤੇ ਰਾਸਤਾ ਹੈ, ਕਿਤੇ ਰਾਤ ਨੂੰ ਆ ਗਿਆ, ਕਿਤੇ ਮਤਲਬ ਨਾ ਕੋਈ ਜਿੱਦਾਂ ਵੜ ਗਿਆ ਕਿਤੇ ਪਿੱਛੋਂ ਸਾਈਡ ਤੋਂ ਕਿਤੇ, ਨਹੀਂ ਨਾਈਟ ਉੱਡਿਆ ਉਹਨੂੰ ਪਤਾ ਸੀ, ਲੇਕਿਨ ਉਹ ਅੰਦਰ ਆ ਗਿਆ ਨਾ ਪਿੱਛੋਂ ਟੱਪ ਗਿਆ ਕੰਧ ਪਿਛਲੇ ਪਾਸੇ ਪਿਛਲੀ ਸਾਈਡ ਤੋਂ। ਮੈਂ ਪਹਿਲੇ ਘਰ ਤੋਂ ਘਰ ਚੜ ਗਿਆ, ਫਿਰ ਦੁਬਾਰਾ ਮੈਂ ਇੱਥੇ ਆ ਗਿਆ ਇਹਨਾਂ ਨਾਲ, ਅਤੇ ਹੁਣ ਇੱਥੇ ਪਤਾ ਸੀਗਾ ਜਿੱਥੇ ਜਗ੍ਹਾ ਘੱਟ ਸੀਗੀ ਉੱਥੋਂ ਪਤਾ ਸੀ ਫੜਿਆ ਇਹਨਾਂ ਨੇ, ਨਹੀਂ ਤਾਂ ਕਾਫੀ ਦੇਰ ਤੱਕ ਦੌੜਾਉਂਦਾ ਸੀ, 2-3 ਘੰਟੇ ਹੋ ਗਏ ਇਹਨਾਂ ਨੂੰ, ਫਿਰ ਉੱਥੇ ਨੁੱਕਰ 'ਚ ਫਸਿਆ, ਉੱਥੋਂ ਅਸੀਂ ਫਿਰ। ਇਕੱਠੀ ਹੋਈ ਭੀੜ ਨੂੰ ਦੇਖ ਇੱਧਰ ਉੱਧਰ ਭੱਜਣ ਦੇ ਕਾਰਨ ਇਸ ਸਾਂਬਰ ਦੇ ਵੀ ਸੱਟਾਂ ਲੱਗੀਆਂ ਨੇ, ਪਰ ਜੰਗਲਾਤ ਮਹਿਕਮੇ ਵਾਲਿਆਂ ਇਸ ਦਾ ਇਲਾਜ ਕਰ ਮੁੜ ਇਸ ਨੂੰ ਜੰਗਲ 'ਚ ਛੱਡ ਦਿੱਤਾ। ਦੇਖਣ ਨੂੰ ਮਿਲਦਾ ਹੈ ਕਿ ਸਰਦੀ ਦੇ ਦਿਨਾਂ 'ਚ ਨਿੱਘ ਦੀ ਤਲਾਸ਼ 'ਚ ਅਕਸਰ ਜੰਗਲੀ ਜਾਨਵਰ ਨਾਲ ਲੱਗਦੇ ਸ਼ਹਿਰਾਂ 'ਚ ਆਉਣ ਵੜਦੇ ਨੇ। ਸ਼ਾਇਦ ਇਹ ਹਸਪਤਾਲ 'ਚ ਆ ਕੇ ਲੋਕਾਂ ਨੂੰ ਇਹ ਪੁੱਛ ਰਿਹਾ ਹੋਵੇ ਕਿ ਕਦੀ ਤੁਸੀਂ ਸਾਡਾ ਹਾਲ ਜਾਣਿਆ, ਕਿਉਂਕਿ ਸਮੇਂ ਦੇ ਨਾਲ ਨਾਲ ਮਨੁੱਖ ਨੇ ਇਹਨਾਂ ਦੇ ਘਰਾਂ ਯਾਨੀ ਜੰਗਲਾਂ ਨੂੰ ਤਬਾਹ ਕਰਕੇ ਰੱਖ ਦਿੱਤਾ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ। ਕਰ ਭਲਾ ਹੋ ਭਲਾ, ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਫਿਰੋਜ਼ ਅਲੀ ਦੇ ਨਾਲ 6876786866। ਮੇਰੇ ਕਿੱਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਗੁਪਤ ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਆਪਣੇ ਵਸ ਵਿੱਚ ਕਰੋ। ਪਰੇਸ਼ਾਨੀ ਜਿਵੇਂ ਪਿਆਰ ਵਿੱਚ ਧੋਖਾ, ਪਤੀ ਪਤਨੀ ਵਿੱਚ ਝਗੜਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਨੌਕਰੀ ਕਾਰੋਬਾਰ ਵਿੱਚ ਰੁਕਾਵਟ, ਵਿਦੇਸ਼ ਯਾਤਰਾ, ਵਿਦੇਸ਼ ਵਿੱਚ ਪੱਕੇ ਹੋਣਾ, ਔਲਾਦ ਸੁੱਖ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਜਾਦੂ ਟੋਣੇ ਦਾ ਜੜ ਤੋਂ ਖਾਤਮਾ, ਕਰਜ਼ਾ ਮੁਕਤੀ। ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਇਟਸ ਮਾਈ ਪ੍ਰੋਮਿਸ। ਮੋਬਾਈਲ ਨੰਬਰ 7867786866।